जो दिन आवे सो ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲਣਾ ਜੀ ਵਾਹ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਸੱਦੇ ਉੱਠੀ ਜਾਏ ਦੇ ਮਹਾਂ ਵਾਕ ਅਨੁਸਾਰ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਬਾਬਾ ਗੁਰਮੇਲ ਸਿੰਘ ਜੀ ਜਿਤਨੀ ਕਿ ਆਪ ਜੀਆਂ ਨੇ ਸਵਾਸਾਂ ਰੂਪੀ ਪੂੰਜੀ ਸੌਂਪੀ ਸੋ ਆਪ ਜੀਆਂ ਦੇ ਹੁਕਮ ਦੇ ਅਨੁਸਾਰ ਬਾਬਾ ਜੀ ਆਪਣੇ ਸਵਾਸਾਂ ਨੂੰ ਭੋਗਦਿਆਂ ਹੋਏ ਆ ਆਪ ਜੀ ਦੇ ਪਰਮ ਧਾਮ ਵਿਖੇ ਚੜ੍ਹਦੀ ਹੋਵੇ ਕਲਾ ਤੇਰੇ ਭਾਣੇ ਸਕਤ ਦਾ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਨੂੰ ਸਾਰੇ ਰਿਸ਼ਤੇਦਾਰ ਮਿੱਤਰ ਦੋਸਤ ਸਾਹਿਬਾਂ ਦੇ ਹੋਰ ਭੇਟ ਕਰਦੇ ਪਾਤਰ ਹੋਏ ਆ। ਉਹਨਾਂ ਦੇ ਮਿੱਤਰੀ ਸਾਡੇ ਬਹੁਤ ਹੀ ਸਤਿਕਾਰ ਜੋ ਬਾਬਾ ਬੇਅੰਤ ਸਿੰਘ ਜੀ ਪਜੋਖੇ ਵਾਲਿਆਂ ਨੇ ਕੀਤੀ ਜਥੇ ਨੇ ਆਪਾਂ ਸਾਰਿਆਂ ਨੂੰ ਇੱਕ ਮਨੁੱਖ ਦੇ ਜਨਮ ਤੋਂ ਲੈ ਕੇ ਉਹਦੀ ਮੌਤ ਦੇ ਤੱਕ ਜਿਹੜਾ ਸਫ਼ਰ ਆ ਇਨਸਾਨ ਦਾ ਉਹਦੇ ਲਈ ਬਹੁਤ ਹੀ ਵਿਸਤਾਰ ਦੇ ਨਾਲ ਕੀਰਤਨ ਦੁਆਰਾ ਦੱਸਿਆ ਗਿਆ। ਜਿੱਥੋਂ ਤੱਕ ਸਤਿਕਾਰਯੋਗ ਬਾਪੂ ਗੁਰਮੇਲ ਸਿੰਘ ਜੀ ਦਾ ਇੱਥੋਂ ਸਾਡੇ ਕੋਲੋਂ ਕਰਿਆ ਜਾਣਾ, ਚਾਹੇ ਉਹ ਤਕਰੀਬਨ 80 ਸਾਲ ਦੇ ਹੋਕੇ ਇਸ ਭਰੇ ਪਰਿਵਾਰ ਨੂੰ ਆਪਣੀ ਜਿਹੜੀ ਪਰਿਵਾਰੀ ਨੂੰ ਪੂਰਾ ਪਾਲਣ ਪੋਸ਼ਣ ਕਰਕੇ ਔਰ ਆਪਣੇ ਪੋਤੇ ਪੋਤੀਆਂ ਨੂੰ ਪੜੋਤਿਆਂ ਨੂੰ ਵੀ ਭੁਲਾ ਕੇ ਗਏ ਨੇ। ਮੈਂ ਸਮਝਦਾ ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆ ਗਿਆ ਕਿ ਮਰਨ ਲਿਖਾਏ ਮੰਡਲ ਵਿੱਚ ਆਏ, ਜੋ ਇਨਸਾਨ ਇੱਥੇ ਆਉਂਦਾ ਆਪਣੇ ਇੱਕ ਨਾ ਗੁਰੂ ਰੂਪ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਦੇ ਨਾਂ ਦੇ ਸੋ ਦੇ ਜਾਈ ਕਰਨਾ ਕੂਚ ਰਹਿਣ ਸਰਨਾਈ। ਗੁਰੂ ਮਹਾਰਾਜ ਜੀ ਦੇ ਹੁਕਮ ਅਨੁਸਾਰ ਜੋ ਇਨਸਾਨ ਜੋ ਜੀਵ ਇਸ ਧਰਤੀ 'ਤੇ ਆਉਂਦਾ ਉਸਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਹੁੰਦਾ। ਜਿਸ ਤਰ੍ਹਾਂ ਅੱਜ ਆਪਾਂ ਸਾਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਰਦਾਰ ਗੁਰਮੇਲ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਉਹਨਾਂ ਨੂੰ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕਰ ਰਹੇ ਹਾਂ। ਸਰਦਾਰ ਗੁਰਮੇਲ ਸਿੰਘ ਜੀ ਨੇ ਆਪਣੇ ਪਰਿਵਾਰ ਦੀ ਚੰਗੀ ਪਰਵਰਿਸ਼ ਕਰਕੇ ਸਮਾਜ ਅਤੇ ਸਮੇਂ ਦੇ ਹਾਨੀ ਬਣਾਇਆ। ਸਾਡੇ ਬਜ਼ੁਰਗ ਜਦੋਂ ਸਾਡੇ ਵਿੱਚੋਂ ਚਲੇ ਜਾਂਦੇ ਨੇ ਤਾਂ ਇੱਕ ਖਲਾਅ ਪੈਦਾ ਹੁੰਦਾ। ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਥੇ ਪ੍ਰਕਿਰਤ ਸਤਿਕਾਰਯੋਗ ਸਰਦਾਰ ਗੁਰਮੇਲ ਸਿੰਘ ਜੀ ਜੋ ਅਕਾਲ ਤਾਣਾ ਕਰ ਗਏ ਹਨ, ਜੋ ਸਾਨੂੰ ਸਰੀਰੀ ਵਿਛੋੜਾ ਦੇ ਗਏ ਹਨ, ਉਹਨਾਂ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਉਸ ਬ੍ਰਿਧ ਆਤਮਾ ਨੂੰ ਆਪਣਾ ਸਤਿਕਾਰ ਆਪਣੇ ਸ਼ਰਧਾ ਦੇ ਰੂਪ ਭੇਟ ਕਰਨ ਲਈ ਪਰਮਾਤਮਾ ਦੁੱਖ ਸਾਂਝਾ ਕਰਨ ਲਈ ਹਮਦਰਦੀ ਪ੍ਰਗਟ ਕਰਨ ਲਈ ਬਹੁਤ ਵੱਡੀ ਗਿਣਤੀ ਵਿੱਚ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਨਗਰ ਨਿਵਾਸੀ ਇਲਾਕਾ ਨਿਵਾਸੀ ਇਕੱਤਰ ਹੋਏ ਹਨ। ਮੌਤ ਦੇ ਸੰਬੰਧ ਵਿੱਚ ਬੜੇ ਵਿਸਥਾਰ ਨਾਲ ਇੱਥੇ ਦੱਸਿਆ ਗਿਆ ਹੈ। ਮੌਤ ਡਰ ਸਚਾਈ ਜੋ ਕਿ ਪ੍ਰਾਣੀ ਇਸ ਸੰਸਾਰ ਦੇ ਵਿੱਚ ਆਇਆ ਹੈ ਉਸ ਵਿੱਚ ਨਾ ਇੱਕ ਦਿਨ ਇਸ ਸੰਸਾਰ ਦੇ ਵਿੱਚੋਂ ਗਹਿਰਾਈਆਂ ਤੁਸੀਂ ਇੱਕ ਵਾਰ ਫੇਰ ਧੰਨਵਾਦ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Yeah.
ਜਿਨ੍ਹਾਂ ਦੀਆਂ ਧੀਆਂ ਨੇ ਧਰਮੇ ਬਲਵੰਤ ਕਰਵਾਏ, ਖੋਪੀਆਂ ਲਾਹੀਆਂ ਚਰਬੀਆਂ ਤੇ ਘੜੇ ਤਨ ਆਰਿਆਂ ਨਾਲ ਚਲਵਾਏ ਗਏ, ਸਿੱਖੀ ਕੀਰਤਾਂ ਸਵਾਸਾ ਤੋਂ ਨਿਭਾਈ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਸਿੱਧਾ ਮਹਾਂਪੁਰਖਾਂ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੈ ਚਿਤਾਵ ਕਾ ਸਰਕਾ ਸਭ ਸੁਖ ਹੋਏ ਜਾਣ ਜਾ ਖਾਲਸਾ ਜੀ ਸਾਹਿਬ ਤਾਂ ਧਾਰ ਚਾਰ ਹੈ ਦੇਖ ਦੇਖ ਫਤਿਹ ਗੁਰ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸਾ ਜੀ ਕੇ ਬੋਲ ਬੋਲੇ ਬੋਲਣਾ ਜੀ ਵਾਹਿਗੁਰੂ ਜੀ ਆਪ ਜੀਆਂ ਦੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਨਾਮ ਦਾਨ ਦਾਨਾ ਸਰਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਸੱਦੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਬਾਬਾ ਗੁਰਮੇਲ ਸਿੰਘ ਜੀ ਜਿਤਨੀ ਕਿ ਆਪ ਜੀਆਂ ਨੇ ਸਵਾਸਾਂ ਰੂਪੀ ਪੂੰਜੀ ਸੌਂਪੀ ਸੋ ਆਪ ਜੀਆਂ ਦੇ ਹੁਕਮ ਦੇ ਅਨੁਸਾਰ ਬਾਬਾ ਜੀ ਆਪਣੇ ਸਵਾਸਾਂ ਨੂੰ ਭੋਗਦਿਆਂ ਹੋਏ ਆ ਆਪ ਜੀਆਂ ਦੇ ਪਰਮ ਧਾਮ ਵਿਖੇ ਜਾਵੇ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਹੋਵੇ ਕਲਾ ਤੇ ਭਾਣੇ ਸਖਤ ਦਾ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸ੍ਰੀ ਵਾਹਿਗੁਰੂ ਜੀ ਸਤਨਾਮ ਜੋ ਦਿਨ ਆਵੇ ਸੋ ਦਿਨ ਜਾਈ ਕਰਨਾ ਪੂਛ ਰਹਿਣ ਫਿਰ ਲਾਈ ਸੰਗ ਚਲਤ ਹਮ ਪੀ ਚਰਨਾ ਦੂਰ ਗਗਨ ਸਿਰ ਉੱਪਰ ਮਰਨਾ ਸਤਨਾਮ ਸ੍ਰੀ ਵਾਹਿਗੁਰੂ ਜੀ ਧੰਨਾ ਸ੍ਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਤੋਂ ਪੂਰਨ ਬੀਜੈ ਹਮ ਸਰ ਦੀਨ ਦਇਆਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਤੋਂ ਪੂਰਨ ਦੀਜੈ ਹਉ ਬਲ ਬਲ ਜਾਓ ਰਵਈਆ ਕਾਰਨ ਕਾਰਨ ਕਵਲਿਆ ਬੋਲ ਰਹਾਉ ਬਹੁਤ ਜਨਮ ਵਿਸਰੇ ਤੇ ਆਸ ਲਗ ਜੀਵੋ ਚਿਰ ਭਇਓ ਦਰਸਨ ਦੇਖੇ ਬਹੁਤ ਜਨਮ ਵਿਛੜੇ ਤੇ ਮਾਲੋ ਜਨਮ ਤੁਮਾਰੇ ਦੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੂੰ ਸਾਰੇ ਰਿਸ਼ਤੇਦਾਰ ਮਿੱਤਰ ਦੋਸਤ ਸਾਹਿਬਾਂ ਦੇ ਹੋਰ ਭੇਟ ਕਰਦੇ ਪਾਤਰ ਹੋਏ ਆ
ਉਹਨਾਂ ਦੇ ਮਿਲਤਰੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਬੇਅੰਤ ਸਿੰਘ ਜੀ ਪਜੋਕੇ ਵਾਲਿਆਂ ਦੇ ਕੀਰਤੀ ਜਥੇ ਨੇ ਆਪਾਂ ਸਾਰਿਆਂ ਨੂੰ ਇੱਕ ਮਨੁੱਖ ਦੇ ਜਨਮ ਤੋਂ ਲੈ ਕੇ ਉਹਦੀ ਮੌਤ ਦੇ ਤੱਕ ਜਿਹੜਾ ਸਫ਼ਰ ਆ ਇਨਸਾਨ ਦਾ ਉਹਦੇ ਲਈ ਬਹੁਤ ਹੀ ਵਿਸਤਾਰ ਦੇ ਨਾਲ ਕੀਰਤਨ ਦੁਆਰਾ ਦੱਸਿਆ ਗਿਆ। ਜਿੱਥੋਂ ਤੱਕ ਸਤਿਕਾਰਯੋਗ ਬਾਪੂ ਗੁਰਮੇਲ ਸਿੰਘ ਜੀ ਦਾ ਇੱਥੋਂ ਸਾਡੇ ਕੋਲੋਂ ਕਰਿਆ ਜਾਣਾ, ਚਾਹੇ ਉਹ ਤਕਰੀਬਨ 80 ਸਾਲ ਦੇ ਹੋ ਕੇ ਇਸ ਭਰੇ ਪਰਿਵਾਰ ਨੂੰ ਆਪਣੀ ਜਿਹੜੀ ਪਰਿਵਾਰੀ ਨੂੰ ਪੂਰਾ ਪਾਲਣ ਪੋਸ਼ਣ ਕਰਕੇ ਔਰ ਆਪਣੇ ਪੋਤੇ ਪੋਤੀਆਂ ਨੂੰ ਪੜੋਤਿਆਂ ਨੂੰ ਵੀ ਘੜਾ ਕੇ ਗਏ ਨੇ। ਮੈਂ ਸਮਝਦਾ ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆ ਗਿਆ ਕਿ ਮਰਨ ਲਿਖਾਏ ਮੰਡਲ ਵਿੱਚ ਆਏ, ਜੋ ਇਨਸਾਨ ਇੱਥੇ ਆਉਂਦਾ ਉਸਨੇ ਇੱਕ ਨਾ ਇੱਕ ਦਿਨ ਜ਼ਰੂਰ ਜਾਣਾ, ਅਤੇ ਉਹ ਆਪਣੇ ਕੀਤੇ ਹੋਏ ਜਿਹੜੇ ਕੰਮ ਨੇ ਉਹਨਾਂ ਦੀਆਂ ਡਿਊਟੀਆਂ ਨੇ ਆਪਣੀਆਂ ਉਹ ਸਾਰੀਆਂ ਪਰਿਵਾਰਕ ਡਿਊਟੀਆਂ ਨਿਭਾ ਕੇ ਜਾਂਦਾ। ਜਾਣ ਦਾ ਸਾਨੂੰ ਦੁੱਖ ਤਾਂ ਜ਼ਰੂਰ ਹੁੰਦਾ ਪਰ ਸਾਡੇ ਇੱਕ ਮਨ ਨੂੰ ਢਾਸ ਵੀ ਮਿਲਦੀ ਆ। ਜਿਸ ਤਰ੍ਹਾਂ ਸਾਡੇ ਬਾਪੂ ਜੀ ਤਕਰੀਬਨ 80 ਸਾਲ ਦੇ ਹੋ ਕੇ ਸਾਡੇ ਇਸ ਪਰਿਵਾਰ ਕੋਲੋਂ ਗਏ ਨੇ, ਇਸ ਗੱਲ ਦਾ ਅਸੀਂ ਮਾਣ ਵੀ ਮੰਨਦੇ ਹਾਂ ਅਤੇ ਉਹ ਆਪਣੀਆਂ ਜਿਹੜੀ ਜ਼ਿੰਮੇਵਾਰੀਆਂ ਸੀ ਉਹ ਸਾਰੀਆਂ ਨਿਭਾ ਕੇ ਗਏ ਨੇ। ਇਸ ਪਰਿਵਾਰ ਦਾ ਜਿਹੜਾ ਸੰਬੰਧ ਆ ਉਹ ਪਹਿਲਾਂ ਸਾਡੇ ਸਰਕਾਰ ਤੋਂ ਬਜ਼ੁਰਗ ਬਲਵੰਤ ਸਿੰਘ ਜੀ ਬਾਬਾ ਜੀ ਉਹਨਾਂ ਦੇ ਇਹ ਬੇਟੀਆਂ ਦੇ ਵਿੱਚੋਂ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਪ੍ਰਸਾਦ ਸਿੰਘ ਜੀ ਜਿਨ੍ਹਾਂ ਨੇ ਇਸ ਨਗਰ ਦੀ ਬਹੁਤ ਲੰਬਾ ਸਮਾਂ ਬਤੌਰ ਸਰਪੰਚੀ ਦੇ ਤੌਰ ਤੇ ਸੇਵਾ ਕੀਤੀ। ਅੱਜ ਸਾਡੇ ਸਤਿਕਾਰਯੋਗ ਇਸ ਬਾਪੂ ਜੀ ਦੇ ਬੇਟੇ ਜਿਹੜੇ ਦੋ ਸਰਦਾਰ ਜੰਗ ਸਿੰਘ ਤੇ ਮੇਰਾ ਬਹੁਤ ਲੇਟ ਦਾ ਫਰੈਂਡ ਮਿੱਤਰ ਮੇਰਾ ਸਰਦਾਰ ਸਰਬਜੀਤ ਸਿੰਘ ਜੀ ਜਿਹੜਾ ਬਤੌਰ ਅੱਜ ਪਿੰਡ ਦੀ ਸਰਪੰਚੀ ਦੇ ਰਾਹੀਂ ਇਸ ਨਗਰ ਦੀ ਇਸ ਇਲਾਕੇ ਦੀ ਜਿਹੜੀ ਸੇਵਾ ਕਰ ਰਿਹਾ ਔਰ ਖਾਸ ਗੱਲ ਇੱਕ ਇਸ ਪਰਿਵਾਰ ਤੋਂ ਸਾਡੇ ਅੰਕਲ ਦੀ ਜਿਹੜੇ ਅਕਾਲਗੜ੍ਹ ਜਾ ਕੇ ਉੱਥੇ ਖੇਤੀ ਕੀਤੀ ਬੜਾ ਉਹਨਾਂ ਨੇ ਵੀ ਉੱਥੇ ਨਾਂ ਕੱਢਿਆ। ਇਹਨਾਂ ਦਾ ਭਤੀਜਾ ਅੱਜ ਪਿੰਡ ਅਕਾਲਗੜ੍ਹ ਦੇ ਵਿੱਚ ਜਿਹੜਾ ਸਾਡਾ ਛੋਟਾ ਭਰਾ ਸਰਦਾਰ ਗੁਰਵਿੰਦਰ ਸਿੰਘ ਉਹ ਵੀ ਉੱਥੇ ਮੌਜੂਦਾ ਸਰਪੰਚ ਆ। ਇਹ ਦੇਖੋ ਸਹਿਬ ਹੱਥ ਬਣੇਰੀਆਂ ਜਿਸ ਭਾਵ ਹੈ ਜਿਸ ਤੇ, ਇਹ ਵੀ ਬਾਬੇ ਨਾਨਕ ਦੀ ਬੜੀ ਅਪਾਰ ਬਖਸ਼ ਹੋਈ ਆ। ਇੱਕ ਦੂਜੇ ਪਿੰਡ 'ਚ ਜਾ ਕੇ ਵੀ ਉੱਥੇ ਅੱਜ ਸਾਡਾ ਛੋਟਾ ਭਰਾ ਜਿਹੜਾ ਸਰਪੰਚੀ ਕਰ ਰਿਹਾ, ਕਿਉਂਕਿ ਮੈਂ ਗੱਲ ਕਰਦਾ ਇਸ ਪਰਿਵਾਰ ਦੀ, ਇਸ ਪਰਿਵਾਰ ਨੇ ਸਾਡੇ ਇਲਾਕੇ ਦਾ ਜਿਹੜਾ ਮੋਹਰੀ ਪਰਿਵਾਰਾਂ ਦੇ ਵਿੱਚੋਂ ਇੱਕ ਸੀ ਜਿਹਦੇ ਵਿੱਚੋਂ ਸਰਦਾਰ ਕਰਤਾਰ ਸਿੰਘ ਜੀ ਹੋਣੀ, ਤਰਨ ਸਿੰਘ ਹੋਣੀ, ਜਗਿੰਦਰ ਸਿੰਘ ਹੋਣੀ ਤੇ ਸਾਡੇ ਬਾਪੂ ਜੀ ਕਾਲਗੜ੍ਹ ਵਾਲੇ, ਇਹਨਾਂ ਦਾ ਵੀ ਜਿਹੜਾ ਬਹੁਤ ਇਲਾਕੇ 'ਚ ਨਾਂ ਰਿਹਾ। ਅੱਜ ਸਾਡੇ ਸਾਰੇ ਭਰਾਵਾਂ ਦੇ ਵਿੱਚੋਂ ਸਾਡੇ ਬਾਪੂ ਜੀ ਇਹੀ ਹੈ ਜਿਹੜੇ ਸੀਗੇ ਰਹਿੰਦੇ ਨੇ, ਉਹ ਵੀ ਸਾਨੂੰ ਅੱਜ ਸਰੀਰੀ ਵਿਛੋੜਾ ਦੇ ਕੇ ਚਲੇ ਗਏ ਨੇ। ਜਿਹੜੀ ਇੱਕ ਪਰਿਵਾਰ ਦੀ ਇੱਕ ਪੀੜ੍ਹੀ ਆ ਉਹਦਾ ਜਿਹੜਾ ਅੱਜ ਆਪਾਂ ਅੰਤਮ ਅਰਦਾਸ ਦੇ ਵਿੱਚ ਇਕੱਤਰ ਹੋਏ ਹਾਂ। ਸਰਕਾਰ ਜੋ ਸਾਡੇ ਨੌਜਵਾਨ ਸਾਡੇ ਇਸ ਪਰਿਵਾਰ ਦੇ ਵਿੱਚੋਂ ਸਾਡਾ ਸੁਦਾ ਭਤੀਜਾ ਉਹ ਵੀ ਸਾਡੇ ਸਰਕੇ ਦੀ ਬਤੌਰ ਯੂਥ ਕਾਂਗਰਸ ਦਾ ਜਨਰਲ ਸੈਕਟਰੀ ਦੇ ਨਾਲ ਉਹ ਵੀ ਸੇਵਾ ਕਰ ਰਿਹਾ ਸਤਵਿੰਦਰ ਬਿੱਲਾ। ਕਿਉਂਕਿ ਮੈਂ ਗੱਲ ਕਰ ਰਿਹਾ ਪਰਿਵਾਰ ਦੀ, ਇਹ ਜਿਹੜੀਆਂ ਨੁਮਾਇੰਦਗੀਆਂ ਜਾਂ ਸਰਪੰਚੀਆਂ ਪੰਚੀਆਂ ਇਹ ਵੀ ਪਰਮਾਤਮਾ ਦੇ ਵੱਲੋਂ ਬਲ ਬਖਸ਼ਿਆ ਹੋਇਆ ਉਹਦੀ ਦਤਾਰ ਜਿਹੜੀ ਦਿੱਤੀ ਹੋਈ ਉਹਦੇ ਵੱਲੋਂ ਹੀ ਜ਼ਿੰਮੇਵਾਰੀਆਂ ਮਿਲਦੀਆਂ ਨੇ। ਮੈਂ ਦੇਖ ਰਿਹਾ ਕਿ ਅੱਜ ਇਸ ਪਰਿਵਾਰ ਦਾ ਜਿਹੜਾ ਕੀਤਾ ਹੋਇਆ ਕੰਮ ਆ ਉਹਦੀ ਬਦੌਲਤ ਹੀ ਸਾਡੇ ਬਾਪੂ ਜੀ ਦੀਆਂ ਚੰਗੀਆਂ ਸਿੱਖਸਾਂ ਦੇ ਕੇ ਆਪਣੇ ਪਰਿਵਾਰ ਨੂੰ ਸਾਬਕਾ ਸਰਪੰਚ ਦਵਿੰਦਰ ਸਿੰਘ ਬਿੱਲੂ ਮਸੂਰਾ, ਪੰਚ ਵੀਰਪਾਲ ਸਿੰਘ ਜੀ ਮਸੂਰਾ, ਅਤੇ ਮੈਂ ਹੁਣ ਬੇਨਤੀ ਕਰਾਂ ਸਾਡੇ ਬਹੁਤ ਹੀ ਸਤਿਕਾਰ ਜੋ ਸਾਡੇ ਹਲਕੇ ਦੀ ਸੇਵਾ ਕਰਦੇ ਔਰ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਔਰ ਸਾਡੇ ਕਾਂਗਰਸ ਪਾਰਟੀ ਜਿਨ੍ਹਾਂ ਨੇ ਇਲੈਕਸ਼ਨ ਲੜੀ ਸਰਦਾਰ ਲਖਵੀਰ ਸਿੰਘ ਜੀ ਲੱਕਾ ਨੂੰ, ਮੈਨੂੰ ਤਾਂ ਹੁਕਮ ਹੋਇਆ ਕਿ ਸਰਦਾਰ ਜੀ ਧੰਨਵਾਦ ਕਰਨਗੇ, ਪਰ ਇੱਕ ਮੇਰੇ ਮਨ ਦਾ ਵੀ ਬੁਰਗਲਾ ਸੀ ਵੀ ਸਰਦਾਰ ਲਖਵੀਰ ਸਿੰਘ ਲੱਕਾ ਵੀ ਜਿੱਥੇ ਸਾਡੇ ਸਰਕਾਰ ਤੋਂ ਬਾਪੂ ਜੀ ਨੂੰ ਸਾਧਾ ਦੇ ਗੁਰ ਜ਼ਰੂਰ ਭੇਟ ਕਰਨ ਔਰ ਸੰਤਾਂ ਦੇ ਰੂਬਰੂ ਹੋਣ, ਮੈਂ ਇਹਨਾਂ ਨੂੰ ਵੀ ਬੇਨਤੀ ਕਰਨਾ ਚਾਹੇ 2 ਮਿੰਟ ਲਈ ਸਰਦਾਰ ਲਖਵੀਰ ਸਿੰਘ ਲੱਕਾ ਜੀ। ਜਗਜੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਰੂਪ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਦੇ ਨਾਵੇ ਸੋ ਦੇ ਜਾਈ ਕਰਨਾ ਕੂਚ ਰਹਿਣ ਖਰਨਾਈ। ਗੁਰੂ ਮਹਾਰਾਜ ਜੀ ਦੇ ਹੁਕਮ ਅਨੁਸਾਰ ਜੋ ਇਨਸਾਨ ਜੋ ਜੀਵ ਇਸ ਧਰਤੀ 'ਤੇ ਆਉਂਦਾ ਉਸਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਹੁੰਦਾ। ਜਿਸ ਤਰ੍ਹਾਂ ਅੱਜ ਆਪਾਂ ਸਾਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਰਦਾਰ ਗੁਰਮੇਲ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਉਹਨਾਂ ਨੂੰ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕਰ ਰਹੇ ਹਾਂ। ਸਰਦਾਰ ਗੁਰਮੇਲ ਸਿੰਘ ਜੀ ਨੇ ਆਪਣੇ ਪਰਿਵਾਰ ਦੀ ਚੰਗੀ ਪਰਵਰਿਸ਼ ਕਰਕੇ
ਸਮਾਜ ਦੇ ਸਮੇਂ ਦੇ ਹਾਨੀ ਬਣਾਇਆ। ਸਾਡੇ ਬਜ਼ੁਰਗ ਜਦੋਂ ਸਾਡੇ ਵਿੱਚੋਂ ਚਲੇ ਜਾਂਦੇ ਨੇ ਤਾਂ ਇੱਕ ਖਲਾਅ ਪੈਦਾ ਹੁੰਦਾ, ਕਿਉਂਕਿ ਇਹਨਾਂ ਬਜ਼ੁਰਗਾਂ ਨੇ ਜੇਠਾ ਤਪਦਾ ਦੇਖਿਆ ਹੁੰਦਾ, ਸਾਉਣ ਭਾਦੋਂ ਵਾਧਾ ਦੇਖਿਆ ਹੁੰਦਾ, ਆਪਣੇ ਹੱਥੀਂ ਮਿਹਨਤ ਮੁਸ਼ਕਤ ਕਰਕੇ ਆਪਣੇ ਪਰਿਵਾਰ ਦੀ ਚੰਗੀ ਪਰਵਰਿਸ਼ ਕੀਤੀ ਹੁੰਦੀ ਹੈ। ਇਹਨਾਂ ਬਜ਼ੁਰਗਾਂ ਦੇ ਜਾਣ ਨਾਲ ਸਾਡੇ ਦੇਸ਼ ਕੌਮ ਦਾ ਇੱਕ ਗੌਰਵਮਈ ਇਤਿਹਾਸ ਸਾਡੇ ਕੋਲ ਚਲਿਆ ਜਾਂਦਾ, ਕਿਉਂਕਿ ਇਹਨਾਂ ਬਜ਼ੁਰਗਾਂ ਕੋਲ ਜਿਹੜੀ ਸੰਸਕ੍ਰਿਤੀ ਹੁੰਦੀ ਆ, ਜੋ ਗੁਣ ਹੁੰਦੇ ਨੇ, ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਆਪਣੇ ਜੀਵਨ ਵਿੱਚ ਗ੍ਰਹਿਣ ਕਰਨੀਆਂ ਹੁੰਦੀਆਂ ਨੇ। ਅਸੀਂ ਬਜ਼ੁਰਗਾਂ ਤੋਂ ਜੋ ਕੁਝ ਸਿੱਖਦੇ ਹਾਂ ਉਹ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਦੇ ਕੇ ਜਾਣੀ ਹੁੰਦੀ ਆ। ਬਜ਼ੁਰਗ ਭਾਵੇਂ ਸਾਡੇ ਤੋਂ ਚਲੇ ਗਏ ਪਰ ਜਿਹੜੇ ਉਹਨਾਂ ਦੇ ਸੰਸਕਾਰ ਨੇ, ਉਹਨਾਂ ਦੇ ਪਰਿਵਾਰ ਨੂੰ ਮਿਲੇ ਨੇ, ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੇ ਬੇਟੇ ਸਰਦਾਰ ਸਰਬਜੀਤ ਸਿੰਘ ਸਰਪੰਚ ਸਾਹਿਬ ਇੰਨੇ ਮਿੱਠ ਬੋਲੜੇ, ਨੇਕ ਸੁਭਾਅ ਦੇ, ਇਹਨਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਬਜ਼ੁਰਗ ਕਿੰਨੇ ਨੇਕ ਦਿਲ ਇਨਸਾਨ ਹੋਣਗੇ, ਕਿੰਨੇ ਸ਼ਰੀਫੀਅਤ ਜ਼ਿੰਦਗੀ ਮੈਂ ਬਤੀਤ ਕੀਤੀ ਹੋਣੀ ਹੈ, ਕਿਸ ਤਰ੍ਹਾਂ ਉਹਨਾਂ ਨੇ ਆਪਣਾ ਜਿਹੜਾ ਪਰਿਵਾਰਕ ਧੰਦਾ, ਖੇਤੀਬਾੜੀ ਦਾ ਧੰਦਾ ਕਿਸ ਤਰ੍ਹਾਂ ਉਹਨਾਂ ਨੇ ਕਰਕੇ ਆਪਣੇ ਪਰਿਵਾਰਾਂ ਵਿੱਚ ਉਹ ਸੰਸਕ੍ਰਿਤ ਦਿੱਤੀ ਹੋਊਗੀ। ਸੋ ਅੱਜ ਭਾਵੇਂ ਬਜ਼ੁਰਗ ਸਾਡੇ ਤੋਂ ਚਲੇ ਗਏ ਪਰ ਪਿੱਛੇ ਉਹ ਹੱਸਦਾ ਖੇਡਦਾ ਪਰਿਵਾਰ ਆਪਣਾ ਗੁਰਦਸਤਾ ਆਪਣੀ ਫੁੱਲਵਾੜੀ ਛੱਡ ਕੇ ਗਏ ਨੇ। ਪਰਿਵਾਰ ਦਾ ਜੀ ਕੋਈ ਵੀ ਆ ਚਲੇ ਜਾਵੇ ਉਹ ਘਾਟਾ ਪੂਰਾ ਤਾਂ ਨਹੀਂ ਹੁੰਦਾ, ਪਰ ਪਰਮਾਤਮਾ ਨੇ ਜੋ ਵਿਧੀ ਬਣਾਈ ਆ ਉਹ ਤੋਂ ਅਸੀਂ ਮੁਨਕਰ ਹੋ ਨਹੀਂ ਸਕਦੇ। ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਕਾਂਗਰਸ ਵੱਲੋਂ, ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਬਜ਼ੁਰਗਾਂ ਦੇ ਨਿਮਿਤ ਸ਼ਰਧਾ ਤੇ ਸਤਿਕਾਰ ਭੇਟ ਕਰਦਾ। ਆਪਾਂ ਸਾਰਿਆਂ ਨੇ ਰਲ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਜੋਗੜੀ ਅਰਦਾਸ ਕੀਤੀ ਆ, ਪਰਮਾਤਮਾ ਸਰਦਾਰ ਗੁਰਮੇਲ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੰਪਤ ਸਾਹਾ ਲਿਖਿਆ, ਮਿਲਕਰ ਪਾਓ ਤੇ ਦੇਵ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਤਿਕਾਰਯੋਗ ਸਰਦਾਰ ਗੁਰਮੇਲ ਸਿੰਘ ਜੀ, ਜੋ ਅਕਾਲ ਤਾਣਾ ਕਰ ਗਏ ਹਨ, ਜੋ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ, ਉਹਨਾਂ ਦੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਉਸ ਪਵਿੱਤਰ ਆਤਮਾ ਨੂੰ ਆਪਣਾ ਸਤਿਕਾਰ, ਆਪਣੇ ਸ਼ਰਧਾ ਦੇ ਰੂਪ ਭੇਟ ਕਰਨ ਲਈ, ਪਰਮਾਤਮਾ ਦੁੱਖ ਸੰਧਿਆ ਕਰਨ ਲਈ, ਹਮਦਰਦੀ ਪ੍ਰਗਟ ਕਰਨ ਲਈ ਬਹੁਤ ਵੱਡੀ ਗਿਣਤੀ ਵਿੱਚ ਭੈਣ ਭਰਾ, ਰਿਸ਼ਤੇਦਾਰ, ਦੋਸਤ ਮਿੱਤਰ, ਨਗਰ ਨਿਵਾਸੀ, ਇਲਾਕਾ ਨਿਵਾਸੀ ਇਕੱਤਰ ਹੋਏ ਹਨ। ਮੌਤ ਦੇ ਸੰਬੰਧ ਵਿੱਚ ਬੜੇ ਵਿਸਥਾਰ ਨੇ ਇੱਥੇ ਦੱਸਿਆ ਗਿਆ ਹੈ। ਮੌਤ ਡਰ ਸਚਾਈ ਜੋ ਕਿ ਪ੍ਰਾਣੀ ਇਸ ਸੰਸਾਰ ਦੇ ਵਿੱਚ ਆਇਆ ਹੈ, ਉਸ ਮਿੰਟ ਦਾ ਇੱਕ ਦਿਨ ਇਸ ਸੰਸਾਰ ਦੇ ਵਿੱਚੋਂ ਚਲੇ ਹੀ। ਸਰਦਾਰ ਗੁਰਮੇਲ ਸਿੰਘ ਜੀ, ਜਿਨ੍ਹਾਂ ਨੂੰ ਜੋ ਵਾਹਿਗੁਰੂ ਨੇ ਸਵਾਸਾਂ ਦੀ ਪੂੰਜੀ ਬਖਸ਼ੀ ਸੀ, ਉਸ ਨੂੰ ਪੂਰੀ ਕਰਦੇ ਹੋਏ ਇਸ ਸੰਸਾਰ ਦੀ ਯਾਤਰਾ ਕਰਦੇ ਹੋਏ ਉਹ ਇਸ ਸੰਸਾਰ ਦੇ ਵਿੱਚੋਂ ਚਲੇ ਗਏ ਹਨ। ਸਾਨੂੰ ਸ੍ਰੀ ਵੀ ਛੋੜਾ ਦੇ ਗਏ ਹਨ। ਫਿਕਰ ਸਿੰਘ ਜੀ ਨੇ ਦੱਸਿਆ ਹੈ ਕਿ ਸਾਡੇ ਪਰਿਵਾਰ ਦਾ ਇਸ ਪਰਿਵਾਰ ਨਾਲ ਬਹੁਤ ਨੇੜੇ ਦਾ ਬਹੁਤ ਹੀ ਪੁਰਾਣਾ ਸੰਬੰਧ ਹੈ। ਮੇਰੇ ਪਿਤਾ ਜੀ ਸਵਰਗਵਾਸੀ ਮੁੱਖ ਮੰਤਰੀ ਪੰਜਾਬ ਸਰਦਾਰ ਬੈਂਸ ਸਿੰਘ ਜੀ, ਜਿਨ੍ਹਾਂ ਨੇ ਬੜੇ ਲੰਬੇ ਸਮੇਂ ਦੀ ਉੱਚੇ ਅਹੁਦਿਆਂ ਤੇ ਰਹਿ ਕੇ ਉਹਨਾਂ ਦਾ ਇਸ ਪਰਿਵਾਰ ਨਾਲ, ਜਿਸ ਤਰ੍ਹਾਂ ਇਸ ਪਰਿਵਾਰ ਬਾਰੇ ਦੱਸਿਆ ਗਿਆ ਹੈ, ਸਰਦਾਰ ਕਰਤਾਰ ਸਿੰਘ ਜੀ ਜਿਹੜੇ ਕਿ ਇਸ ਇਲਾਕੇ ਦੇ ਬਹੁਤ ਹੀ ਸੀਨੀਅਰ ਆਗੂ ਸਨ, ਉਹਨਾਂ ਦਾ ਬਹੁਤ ਹੀ ਨੇੜੇ ਦਾ ਸੰਬੰਧ ਸੀ। ਸਰਦਾਰ ਬੈਲ ਸਿੰਘ ਜੀ ਨੇ ਅਤੇ ਸਰਦਾਰ ਕਰਤਾਰ ਸਿੰਘ ਨੇ ਦੋਵਾਂ ਨੇ ਰਲ ਕੇ ਇਸ ਇਲਾਕੇ ਦੀ ਬੜੇ ਲੰਬੇ ਸਮੇਂ ਦੀ ਸੇਵਾ
ਕੀਤੀ। ਬੜੀ ਵਾਰ ਮੈਨੂੰ ਵੀ ਇਹਨਾਂ ਨਗਰਾਂ ਦੇ ਅੰਦਰ ਪਰਿਵਾਰਾਂ ਦੇ ਅੰਦਰ ਆਉਣ ਦਾ ਮੌਕਾ ਮਿਲਦਾ ਰਹਿੰਦਾ ਹੈ ਤੇ ਪਰਿਵਾਰ ਬਹੁਤ ਚੰਗੀ ਸੋਚ ਰੱਖਣ ਵਾਲਾ ਚੰਗਾ ਅਸਰ ਰੱਖਣ ਵਾਲਾ ਪਰਿਵਾਰ ਹੈ। ਇਸ ਪਰਿਵਾਰ ਨੇ ਹਮੇਸ਼ਾ ਹੀ ਸਮਾਜ ਦੀ ਸੇਵਾ ਕਰਨ ਵਿੱਚ ਨਗਰ ਦੀ ਸੇਵਾ ਕਰਨ ਵਿੱਚ ਭਾਈਚਾਰੇ ਦੀ ਸੇਵਾ ਕਰਨ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ। ਸਰਦਾਰ ਕਰਮੇਲ ਸਿੰਘ ਜੀ ਜਿਹੜੇ ਕਿ ਧਾਰਮਿਕ ਰੁਚੀ ਰੱਖਦੇ ਸਨ, ਉਹ ਗੁਰੂ ਘਰ ਨਾਲ ਜੁੜੇ ਹੋਏ ਸਨ। ਉਹਨਾਂ ਨੇ ਜਿੱਥੇ ਆਪਣੇ ਪਰਿਵਾਰ ਨੂੰ ਚੰਗੀਆਂ ਨੀਹਾਂ ਦੇ ਤੋੜਨ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਹੈ, ਉੱਥੇ ਉਹਨਾਂ ਨੇ ਸਮਾਜ ਨੂੰ, ਭਾਈਚਾਰੇ ਨੂੰ, ਇਲਾਕੇ ਨੂੰ ਇੱਕ ਬਹੁਤ ਚੰਗੀ ਨਿਰੋੜੀ ਸੇਧ ਦਿੱਤੀ। ਅੱਜ ਉਹਨਾਂ ਦਾ ਦੇਸ਼ ਪੁੱਤਰ ਸਰਦਾਰ ਸ਼ਰਨਜੀਤ ਸਿੰਘ ਜੀ ਨਗਰ ਦੇ ਪਿਤਾ ਸਰਪੰਚ ਸੇਵਾ ਕਰ ਰਹੇ ਹਨ ਔਰ ਦੂਸਰੇ ਨੌਜਵਾਨ ਦਲ ਕੇ ਕਾਂਗਰਸ ਪਾਰਟੀ ਦੇ ਯੂਥ ਦੇ ਨੌਜਵਾਨਾਂ ਦੇ ਆਗੂ ਹਨ। ਸੋ ਪਰਿਵਾਰ ਹਮੇਸ਼ਾ ਹੀ ਸੇਵਾ ਵਿੱਚ ਲੱਗਿਆ ਰਹਿੰਦਾ। ਸੋ ਅੱਜ ਲੋੜ ਹੈ ਕਿ ਅਸੀਂ ਅਜਿਹੇ ਪਰਿਵਾਰਾਂ ਤੋਂ ਸੇਧ ਲਈਏ, ਪ੍ਰੇਰਣਾ ਲਈਏ, ਤਾਂ ਜੋ ਅਸੀਂ ਵੀ ਇੱਕ ਚੰਗਾ ਸਮਾਜ ਬਣਾਉਣ ਵਿੱਚ, ਚੰਗਾ ਭਾਈਚਾਰਾ ਬਣਾਉਣ ਵਿੱਚ, ਚੰਗਾ ਇਲਾਕਾ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕੀਏ। ਅੱਜ ਸਰਦਾਰ ਕਰਮੇਲ ਸਿੰਘ ਜੀ ਸਾਡੇ ਵਿੱਚ ਨਹੀਂ ਰਹੇ, ਉਹਨਾਂ ਦੇ ਚਲੇ ਜਾਣ ਦਾ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਦੁੱਖ ਹੈ, ਬਹੁਤ ਵੱਡਾ ਘਾਟਾ ਵੀ ਪਿਆ ਹੈ। ਪਰ ਮੌਤ ਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ, ਆਖਰ ਦੇ ਵਿੱਚ ਵਾਹਿਗੁਰੂ ਦਾ ਭਾਣਾ ਵੀ ਮੰਨਣਾ ਪੈਂਦਾ। ਇਹਨਾਂ ਸ਼ਬਦਾਂ ਦਾ ਉਸ ਮਹਾਨ ਆਤਮਾ ਜੋ ਸਾਡੇ ਕੋਲ ਵਿਛੜ ਕੇ ਗਈ ਹੈ, ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਆਪਣੇ ਕਾਂਗਰਸ ਪਾਰਟੀ ਵੱਲੋਂ ਸਤਿਕਾਰ ਅਤੇ ਸ਼ਰਧਾ ਦੇ ਤੋਂ ਪੇਸ਼ ਕਰਦਾ ਹਾਂ। ਵਾਹਿਗੁਰੂ ਅਰਦਾਸ ਕਰਦਾ ਹਾਂ ਕਿ ਉਸ ਪਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਅਰਦਾਸ ਬਖਸ਼ੇ। ਪਿਛੜੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਨੂੰ ਸਾਰਿਆਂ ਨੂੰ ਵਾਹਿਗੁਰੂ ਤਾਕਤ ਦੇਵੇ, ਬਲ ਦੇਵੇ, ਤਾਂ ਜੋ ਇਸ ਸਦਮੇ ਨੂੰ, ਇਸ ਦੁੱਖ ਨੂੰ, ਇਸ ਘਾਟੇ ਨੂੰ ਅਸੀਂ ਸਹਿਣ ਕਰ ਸਕੀਏ। ਵਾਹਿਗੁਰੂ ਪਰਿਵਾਰ ਨੂੰ ਤੰਦਰੁਸਤੀ ਦੇ ਵਿੱਚ ਚੜ੍ਹਦੀ ਕਲਾ ਚ ਰੱਖੇ, ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੜ੍ਹਦੇ ਹੋਏ ਉਹਨਾਂ ਦੇ ਬੱਚੇ ਹੋਰ ਅੱਗੇ ਵਧਣ, ਹੋਰ ਤਰੱਕੀ ਕਰ। ਅੱਜ ਮੈਂ ਤੁਹਾਡਾ ਸਾਰਿਆਂ ਦਾ, ਸਮੂਹ ਸਾਧ ਸੰਗਤ ਦਾ, ਭੈਣਾਂ ਭਰਾਵਾਂ ਦਾ, ਰਿਸ਼ਤੇਦਾਰਾਂ ਦਾ, ਇਲਾਕਾ ਨਿਵਾਸੀਆਂ ਦਾ, ਪਰਿਵਾਰ ਵੱਲੋਂ, ਸਾਡੇ ਸਰਪੰਚ ਸਾਹਿਬ ਸ਼ਰਨਜੀਤ ਸਿੰਘ ਵੱਲੋਂ, ਉਹਨਾਂ ਦੇ ਭਰਾ ਭੈਣਾਂ ਵੱਲੋਂ, ਸਮੂਹ ਪਰਿਵਾਰ ਵੱਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਅੱਜ ਇਸ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਦਾ ਦੁੱਖ ਸਾਂਝਾ ਕੀਤਾ ਹੈ, ਪਰਿਵਾਰ ਦਾ ਦੁੱਖ ਵਧਾਇਆ ਹੈ। ਤੁਹਾਡੇ ਜਾਣਨਾ ਪਰਿਵਾਰ ਨੂੰ ਤੀਰਥ ਮਿਲੇਗਾ, ਪਰਿਵਾਰ ਦਾ ਦੁੱਖ ਕੱਟ ਸਕੇਗਾ ਅਤੇ ਸਮੂਹ ਸਾਧ ਸਕੇਗਾ। ਧੰਨਵਾਦ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।